ਹਾਂਜੀ ਵੀਰੇ, ਤੁਹਾਨੂੰ ਸਾਰਿਆਂ ਨੂੰ ਵੀ ਪਤਾ ਹੈਗਾ ਵੀ ਆਪਣੇ ਕਿਸਾਨਾਂ ਦਾ ਇੱਕ ਸੰਘਰਸ਼ ਚੱਲ ਰਿਹਾ ਹੈ ਨਾ। ਸਾਰਿਆਂ ਨੂੰ ਤੁਹਾਨੂੰ ਆਰਡੀਨੈਂਸ ਬਾਰੇ ਪਤਾ ਹੀ ਹੋਊ, MSP ਬਾਰੇ ਪਤਾ ਹੋਣਾ ਸਾਰਿਆਂ ਨੂੰ ਹੈ ਨਾ। ਕੋਈ ਮੈਨੂੰ ਹੈ ਨਾ ਆਪਣੇ ਕਿਸਾਨ ਵੀਰ ਭਰਾ, ਆਪਣੇ ਚਾਚੇ ਤਾਏ ਹੈ ਨਾ ਪਹੁੰਚ ਰਹੇ ਨੇ ਕਿਸਾਨ ਯੂਨੀਅਨ ਦੇ ਜਿੱਥੇ ਵੀ ਉਹਨਾਂ ਦਾ ਸੰਘਰਸ਼ ਚੱਲ ਰਿਹਾ ਹੈ ਨਾ। MSP ਜਿਹੜੀ ਇਹਨਾਂ ਨੇ ਤੋੜੀ ਹੈਗੀ ਸੈਂਟਰ ਸਰਕਾਰ ਨੇ ਹੈ ਨਾ, ਅਤੇ ਇੱਕ ਬਿੱਲ ਪਾਸ ਕੀਤਾ ਹੈ। ਤੁਹਾਨੂੰ ਸਾਰਿਆਂ ਨੂੰ ਉਸ ਚੀਜ਼ ਬਾਰੇ ਤਾਂ ਪਤਾ, ਉਸ ਚੀਜ਼ ਬਾਰੇ ਦੁਹਰਾਉਣ ਦੀ ਲੋੜ ਨਹੀਂ ਹੈਗੀ। ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਸੀ ਵੀ ਇਹ ਜਦੋਂ ਜਦੋਂ ਦਾ ਰੌਲਾ ਰੱਪਾ ਚੱਲ ਰਿਹਾ 12-13 ਤਰੀਕ ਦਾ, ਸਾਡੇ ਵੀ ਧਿਆਨ ਸੀ, ਅਸੀਂ ਖੁਦ ਯਾਨੀ ਕਿ ਕਿਸਾਨ ਯੂਨੀਅਨ ਅਗਰਾਹਾਂ ਨੂੰ ਵੀ ਅਸੀਂ ਅਪਰੋਚ ਕੀਤਾ ਸੀਗਾ ਵੀ ਭਾਈ ਤੁਸੀਂ ਪਟਿਆਲੇ ਕਰ ਰਹੇ ਹੋ ਬਹੁਤ ਵਧੀਆ, ਅਤੇ ਅਸੀਂ ਵੀ ਤੁਹਾਡੇ ਸੰਘਰਸ਼ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਅਤੇ ਅਸੀਂ ਪਹੁੰਚਣਾ ਚਾਹੁੰਦੇ ਹਾਂ। ਪਰ ਉਹਨਾਂ ਨੇ ਆਪਣੇ ਰੀਜ਼ਨ ਦਿੱਤੇ, ਉਹ ਕਹਿੰਦੇ ਵੀ ਅਸੀਂ ਐਂ ਕਰਕੇ ਵੀ ਠੀਕ ਹੈ ਜੀ, ਅਸੀਂ ਤੁਹਾਨੂੰ ਸਮਝਦੇ ਹਾਂ, ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ, ਪਰ ਵੀ ਸਾਡੇ ਕੋਲ ਉਹਨੇ ਪੁਖਤਾ ਪ੍ਰਬੰਧ ਨਹੀਂ, ਠੀਕ ਹੈ ਨਾ। ਅਸੀਂ ਚਲੋ ਉਹਨਾਂ ਦੀ ਅਸੀਂ ਵੀ ਇਹ ਸੋਚੋ ਕਿ ਸਾਡੀ ਕੋਈ ਪ੍ਰੋਬਲਮ ਵੱਧ ਨਾ ਜਾਵੇ, ਕੋਈ ਰੌਲਾ ਰੱਪਾ ਲੋਕਾਂ 'ਚ ਭਗਦੜ ਨਾ ਮੱਚ ਜਾਏ ਜਾਂ ਐਵੇਂ ਨਾ ਹੋਏ ਜਾਂ ਉਵੇਂ ਨਾ ਹੋ ਜਾਣਾ। ਮੈਂ ਚਲੋ ਠੀਕ ਹੈ ਯਾਰ, ਤੁਹਾਡਾ ਵੀ ਹੈ ਨਾ ਵੀ ਜ਼ਰੂਰੀ ਹੈ ਨਾ, ਇਹ ਵੀ ਚੀਜ਼ਾਂ ਠੀਕ ਨੇ, ਠੀਕ ਹੈ ਵੀ ਅਸੀਂ ਤੁਹਾਡੀ ਪ੍ਰੋਬਲਮ ਅੱਜ ਤਾਂ ਤੁਹਾਡਾ ਸਾਥ ਦੇਣਾ ਚਾਹੁੰਦੇ, ਤੁਹਾਡੀ ਪ੍ਰੋਬਲਮ ਨਹੀਂ ਵਧਾਉਣਾ ਚਾਹੁੰਦੇ, ਪਰ ਅਤੇ ਤੁਸੀਂ ਜੇ ਤੁਹਾਨੂੰ ਇਹ ਲੱਗਦਾ ਵੀ ਤੁਸੀਂ ਸਾਡੇ ਨਾਲ ਸਾਡੇ ਤੋਂ ਬਿਨਾਂ ਤੁਸੀਂ ਕਰ ਸਕਦੇ ਹੋ, ਮੈਂ ਠੀਕ ਹੈ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਨਾ। ਪਰ ਸਾਰਾ ਕੁਛ ਅਸੀਂ ਦੇਖ ਰਹੇ ਹਾਂ 10-15 ਦਿਨਾਂ ਤੋਂ। ਐਕਚੁਅਲ ਦੇ ਵਿੱਚ ਹੁਣ ਸਾਰੇ ਸੋਸ਼ਲ ਮੀਡੀਆ 'ਤੇ ਪੋਸਟਾਂ ਪਈ ਜਾਂਦੀਆਂ ਜੀ, ਐਂ ਕਰ ਰਹੇ ਕਿਸਾਨਾਂ ਦੇ ਹੱਕ 'ਚ ਨਹੀਂ ਕਰ ਰਹੇ। ਯਾਰ ਅਸੀਂ ਆਪ ਕਿਸਾਨ, ਪਹਿਲੀ ਗੱਲ ਤਾਂ ਠੀਕ ਹੈ ਨਾ, ਵੀ ਜੇ ਤਾਂ ਅਸੀਂ ਕੋਈ ਦੂਜਾ ਤੀਜਾ ਅਸੀਂ ਕੋਈ ਪਹਿਲੇ ਦਿਨ ਵੀ ਸਾਡੇ ਫੈਕਟਰੀਆਂ ਹੁਣ ਜੇ ਅਸੀਂ ਬਿਜ਼ਨਸ ਕਰਦੇ ਹੋਈਏ ਤਾਂ ਇਹ ਹੋਵੇ ਨਾ। ਸ਼ੁਰੂ ਤੋਂ ਦਾਦਾ ਵੀ ਖੇਤੀ ਕਰਦਾ ਰਿਹਾ, ਮੇਰਾ ਪਿਓ ਵੀ ਖੇਤੀ ਕਰਦਾ ਰਿਹਾ, ਹੁਣ ਮੈਂ ਆਪ ਕਰ ਰਿਹਾ ਐਜ਼ ਆ ਕਲਾਕਾਰ ਹੋ ਕੇ। ਇਹ ਕੋਈ ਇਹ ਤਾਂ ਇਹ ਨਹੀਂ ਵੀ ਕੋਈ ਜਾਂ ਕੋਈ ਆਪਾਂ ਦਿਖਾਉਣ ਦੇ ਕਿਸਾਨ ਹਾਂ ਜਾਂ ਕਹਿਣ ਦੇ ਕਿਸਾਨ ਹਾਂ ਜਾਂ ਦਿਖਾਵੇ ਦੇ ਕਿਸਾਨ ਹਾਂ, ਆਪਾਂ ਤਾਂ ਆਪ ਆਪਣੇ ਹੱਥਾਂ ਨਾਲ ਹੁਣ ਵੀ ਸਾਰਾ ਕੁਛ ਸੈੱਟ ਹੋਣ ਦੇ ਬਾਵਜੂਦ ਵੀ ਆਪਾਂ ਨੂੰ ਖੇਤੀ ਦਾ ਸ਼ੌਂਕ, ਆਪਾਂ ਨੂੰ ਚਾਅ ਹੈ ਉਸ ਚੀਜ਼ ਦਾ ਹੈ ਨਾ, ਅਤੇ ਸਾਨੂੰ ਸ਼ਾਂਤੀ ਮਿਲਦੀ ਹੈ ਸਾਨੂੰ ਉਸ ਮਿੱਟੀ 'ਚ ਕੰਮ ਕਰਕੇ ਜਿਹੜੀ 'ਚ ਅਸੀਂ ਜੰਮੇ ਪਲੇ ਹਾਂ, ਹੈ ਨਾ। ਅਤੇ ਵੀ ਕੋਈ ਦਿੱਕਤ ਨਹੀਂ ਹੈਗੀ ਹੈ ਨਾ ਯਾਰ। ਪਹਿਲੀ ਗੱਲ, ਡੇ 1 ਤੋਂ 12 ਤਰੀਕ ਤੋਂ ਜਿੱਦਣ ਦਾ ਰੌਲਾ ਚੱਲ ਰਿਹਾ ਸੀ, ਉੱਦਣ ਦੀ ਕਹਿਣ ਦੀ ਲੋੜ ਨਹੀਂ ਹੈਗੀ ਯਾਰ। ਸਾਡਾ ਫਰਜ਼ ਬਣਦਾ ਹੈ ਨਾ ਐਜ਼ ਆ ਸਿਟੀਜ਼ਨ, ਐਜ਼ ਆ ਕਿਸਾਨ, ਹੈ ਨਾ। ਜੇ ਸਾਡੇ ਯਾਨੀ ਕਿ ਸਾਡੇ ਨਾਲ ਕੋਈ ਵਧੀਆ ਕੀ ਕਰਦਾ, ਸਾਡਾ ਹੱਕ ਬਣਦਾ ਯਾਰ ਉੱਥੇ ਖੜਨ ਦਾ, ਹੈ ਨਾ। ਅਤੇ ਅਸੀਂ ਆਲਵੇਜ਼ ਖੜ੍ਹੇ ਹਾਂ, ਅਤੇ ਜੋ ਵੀ ਯਾਨੀ ਕਿ ਆਪਣੇ ਜਿਹੜੀ ਹੱਕਾਂ ਦੀ ਗੱਲ ਹੋਈ, ਜਿੱਥੇ ਵੀ ਸਾਨੂੰ ਖੜ੍ਹਨਾ ਪਿਆ ਸੀ ਕਿਸੇ ਵੀ ਹੱਦ ਤੱਕ ਜਾਵਾਂਗੇ, ਹੈ ਨਾ। ਅਤੇ ਉਹ ਸਾਨੂੰ ਆਪਾਂ ਨੂੰ ਦੱਸਣ ਦੀ ਲੋੜ ਨਹੀਂ, ਹੈ ਨਾ। ਪਹਿਲੀ ਗੱਲ, ਮੇਰਾ ਕੁਛ ਸੁਭਾਅ ਇਹੋ ਜਿਹਾ ਵੀ ਮੈਂ ਪੋਸਟਾਂ ਪਾਉਣ ਦੇ ਵਿੱਚ ਜਾਂ ਕਾਗਜ਼ ਉੱਤੇ ਲਿਖ ਕੇ ਮੈਨੂੰ ਯਾਰ ਆਪ ਨੂੰ ਚੰਗਾ ਨਹੀਂ ਲੱਗਦਾ ਉਹ ਚੀਜ਼ਾਂ ਕਰਦੀਆਂ, ਹੈ ਨਾ। ਠੀਕ ਹੈ ਨਾ, ਵੀ ਜਿਹੜੀ ਜਿੱਥੇ ਜਿਹੜੀ ਚੀਜ਼ 'ਤੇ ਹੈਗੇ ਜਾਂ ਠੋਕ ਕੇ ਹੈਗੇ ਜਾਂ ਜਮੀ ਨਹੀਂ ਹੈਗੀਆਂ। ਅਤੇ ਮੈਂ ਤੁਹਾਨੂੰ ਇਹੀ ਕਹਿਦਾ ਸੀਗਾ ਵੀ ਕੋਈ ਤੁਸੀਂ ਇਹ ਨਾ ਸਮਝਿਆ ਕਰੋ ਵੀ ਜਾਂ ਕੋਈ ਯਾਰ ਕਿਸੇ ਨੇ ਪੋਸਟ ਨਹੀਂ ਪਾਈ ਜਾਂ ਉਹਦੇ ਮਨ ਦੇ ਵਿੱਚ ਕੁਛ ਹੈ ਨਹੀਂ ਜਾਂ ਕੁਛ ਹੋਰ ਨਹੀਂ ਹੈਗਾ। ਅਸੀਂ ਸਾਰੇ ਇਸ ਚੀਜ਼ ਨਾਲ ਇਹਦੇ ਨਾਲ ਖੜ੍ਹੇ ਹਾਂ। ਜੋ ਜਿੱਥੇ ਕਿਸਾਨਾਂ ਦੀ ਹੱਕਾਂ ਦੀ ਗੱਲ ਹੁੰਦੀ, ਅਸੀਂ ਆਪ ਕਿਸਾਨ ਹਾਂ, ਅਸੀਂ ਆਪ ਕਿਉਂ ਭੱਜਾਂਗੇ ਕਿਸੇ ਚੀਜ਼ ਤੋਂ ਬਈ, ਹੈ ਨਾ। ਦੂਜੀ ਗੱਲ, ਮੈਂ ਪੋਸਟਾਂ ਪਾਸਟਾਂ ਪਾਉਣ ਦੇ ਵਿੱਚ ਬਹੁਤਾ ਯਕੀਨ ਨਹੀਂ ਰੱਖਦਾ ਮੇਰਾ ਭਰਾ, ਠੀਕ ਹੈ ਨਾ। ਜਿੱਦਣ ਬੈਠਾਂਗੇ ਉੱਦਣ ਸੜਕ 'ਤੇ ਮੂਹਰੇ ਹੋ ਕੇ ਆਪ ਬੈਠਾਂਗੇ, ਠੀਕ ਹੈ ਨਾ। ਨਾ ਆਪਾਂ ਕਦੇ ਕਿਸੇ ਦੇ ਵੀ ਆਪਾਂ ਨੂੰ ਐਂ ਪੋਸਟਾਂ ਪਾ ਕੇ ਫੋਕੀ ਜਾਂ ਵੀ ਲੋਕਾਂ ਦੀ ਸਿੰਪਥੀ ਲਈ ਮੈਂ ਇਹ ਚੀਜ਼ ਨਹੀਂ ਕਰਨਾ ਚਾਹੁੰਦਾ, ਠੀਕ ਹੈ ਨਾ। ਅਤੇ ਬਾਕੀ ਮੈਂ ਤੁਹਾਨੂੰ ਇੰਨੀ ਗੱਲ ਹੀ ਕਹਿਣੀ ਸੀਗੀ ਵੀ ਜਿੰਨੇ ਵੀ ਮੇਰੇ ਚਾਹੁਣ ਵਾਲੇ ਨੇ, ਠੀਕ ਹੈ, ਜਿੰਨੇ ਵੀ ਨੇੜੇ ਤੇੜੇ ਦੇ ਲੋਕ ਨੇ, ਮੇਰੇ ਏਰੀਏ ਦੇ ਲੋਕ ਨੇ, PV31 ਦੇ ਵਿੱਚ ਜਿੰਨੇ ਵੀ ਪਿੰਡ ਆ ਰਹੇ ਨੇ, ਮੈਨੂੰ ਲੱਗਦਾ ਹੁਣ ਪਿੰਡਾਂ ਦੀ ਮੈਨੂੰ ਗਿਣਤੀ ਨਹੀਂ ਹੋਣੀ, ਵੀ ਜਿੰਨੇ ਵੀ ਪਿੰਡ ਨੇ ਮਾਨਸਾ ਜ਼ਿਲ੍ਹੇ ਦੇ, ਜਿੰਨੇ ਵੀ ਪਿੰਡ ਨੇ, ਜਿਹੜੇ ਭਰਾ ਮੇਰੇ ਸੁਣ ਰਹੇ ਹੋ ਮੇਰਾ ਮੈਸੇਜ ਸੁਣ ਲਓ ਅਤੇ ਅੱਗੇ ਵੀ ਮੈਸੇਜ ਲਾ ਦਿਓ, ਠੀਕ ਹੈ। ਤੁਹਾਨੂੰ ਇੱਕ ਅੱਧੇ ਦਿਨ ਦੇ ਵਿੱਚ ਠੀਕ ਹੈ ਪਲੈਨ ਦਿੱਤਾ ਜਾਊਗਾ, ਸਾਰਾ ਕੁਛ ਅਸੀਂ ਸਾਰਾ ਪ੍ਰਬੰਧ ਕਰ ਰਹੇ ਹਾਂ, ਅਤੇ ਅਸੀਂ ਆਪ ਤੁਹਾਡੇ ਮੂਹਰੇ ਲੱਗ ਕੇ ਮੈਂ ਤਰੂੰਗਾ, ਠੀਕ ਹੈ। ਅਤੇ ਆਪਾਂ ਜਿੰਨੇ ਵੀ ਕਿਸਾਨ ਭਰਾ ਨੇ, ਜਿੰਨੇ ਵੀ ਸਾਡੇ ਪਿੰਡੋਂ ਹੋਣਗੇ, ਨਾਲ ਦੇ ਪਿੰਡਾਂ ਤੋਂ ਮੇਰੇ ਦੋਸਤ ਮਿੱਤਰ ਹੋਣਗੇ, ਅਸੀਂ ਆਪ ਸੰਘਰਸ਼ 'ਚ ਸ਼ਾਮਿਲ ਹੋ ਰਹੇ ਹਾਂ, ਠੀਕ ਹੈ ਨਾ। ਅਤੇ ਜਿੰਨੇ ਮੈਨੂੰ ਚਾਹੁਣ ਵਾਲੇ ਨੇ, ਮੈਂ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿੱਥੇ ਜਿਹੜੇ ਹਜੇ ਤੱਕ ਨਹੀਂ ਆਏ ਅਤੇ ਉਹ ਘਰੋਂ ਨਿਕਲੋ ਅਤੇ ਸਾਡੇ ਨਾਲ ਬੈਠੋ, ਅਤੇ ਆਪਾਂ ਮਾਨਸਾ 'ਚ ਬਹਿ ਕੇ ਰੋਸ ਪ੍ਰਦਰਸ਼ਨ ਕਰਾਂਗੇ ਸਾਰੇ ਜਣੇ, ਠੀਕ ਹੈ ਨਾ। ਬਾਕੀ ਪ੍ਰੋਗਰਾਮ, ਡੇਟ, ਟਾਈਮ, ਕਿੱਥੇ ਸਾਰਾ ਕੁਛ ਹੋਊਗਾ, ਉਹ ਸਾਰਾ ਸਾਡੀ ਪ੍ਰਬੰਧਕਾਂ ਨਾਲ ਗੱਲ ਚੱਲ ਰਹੀ ਹੈ, ਉਹ ਸਾਰਾ ਤੁਹਾਨੂੰ ਪਲੈਨ ਕਰਕੇ ਅਸੀਂ ਇੱਕ ਤੁਹਾਡੇ ਸਾਹਮਣੇ ਇਨਫੋਰਮੇਸ਼ਨ ਸਾਰੀ ਪ੍ਰਦਾਨ ਕਰ ਦਿਆਂਗੇ। ਪਰ ਜਿੰਨੇ ਵੀ ਮੇਰੇ ਭਰਾ ਮੈਨੂੰ ਪਿਆਰ ਕਰਦੇ ਨੇ, ਜਿਹੜੇ ਸੱਚੋਂ ਕਹਿੰਦੇ ਨੇ ਵੀ ਹਾਂ ਇਸ ਤੈਨੂੰ ਆਪਣਾ ਭਰਾ ਮੰਨਦੇ ਹਾਂ, ਉਸ ਦਿਨ ਉਸ ਟਾਈਮ 'ਤੇ ਜ਼ਰੂਰ ਪਹੁੰਚੋ ਸਾਰੇ, ਠੀਕ ਹੈ ਨਾ। ਬਾਕੀ ਤੁਹਾਨੂੰ ਜਿੰਨਾ ਵੀ ਪ੍ਰੋਗਰਾਮ ਹੋ ਅਗਲਾ ਮੈਂ ਤੁਹਾਨੂੰ ਆਪ ਹੀ ਬਿਆਨ ਕਰ ਦੂੰਗਾ ਸਾਰਾ ਸਿਸਟਮ, ਠੀਕ ਹੈ ਨਾ ਜੀ। ਅਤੇ ਬਸ ਧਿਆਨ ਰੱਖਿਓ, ਮੈਂ ਹੋ ਸਕਦਾ ਅੱਜ ਸ਼ਾਮ ਦੇ ਨੇੜੇ ਤੇੜੇ ਲਾਈਵ ਹੋਵਾਂ ਜਾਂ ਕੱਲ੍ਹ ਸਵੇਰ ਦੇ ਨੇੜੇ ਤੇੜੇ, ਮੈਂ ਸਾਰੀ ਇਨਫੋਰਮੇਸ਼ਨ ਤੁਹਾਡੇ ਤੱਕ ਤੁਹਾਡੇ ਨਾਲ ਸ਼ੇਅਰ ਕਰ ਦਿਉ ਸਾਰੀ, ਠੀਕ ਹੈ ਨਾ। ਅਤੇ ਜਿੰਨੇ ਵੀ ਪਿਆਰ ਕਰਦੇ ਹੋ ਮੇਰਾ ਭਰਾ, ਠੀਕ ਹੈ, ਧਿਆਨ ਨਾਲ ਗੱਲ ਸੁਣ ਲਿਓ ਅਤੇ ਸਾਡਾ ਸਾਥ ਦਿਓ, ਠੀਕ ਹੈ। ਅਤੇ ਆਪਾਂ ਫਿਰ ਤੁਹਾਨੂੰ ਅਗਲੀ ਇਨਫੋਰਮੇਸ਼ਨ ਸਾਰੀ ਪਾਸ ਕਰਦੇ ਹਾਂ, ਬਾਕੀ ਆਪਣਾ ਧਿਆਨ ਰੱਖਿਓ ਜੀ ਸਾਰੇ, ਸਤਿ ਸ਼੍ਰੀ ਅਕਾਲ ਜੀ।